ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਸਾਡੀ ਇੱਕ ਮਨਜ਼ੂਰੀ ਰਹੀ ਹੈ, ਜੇ ਇੱਕ ਮੰਚ 'ਤੇ ਹੁੰਦੇ ਜਿਵੇਂ 2020 ਦੇ ਵਿੱਚ 26 ਨਵੰਬਰ 2020 ਨੂੰ ਬਾਰਡਰ ਖਲੋਤੇ ਨਹੀਂ ਸੀ, ਅੱਗੇ ਤੋੜ ਕੇ ਲੰਘ ਜਾਣ ਵੇਖ ਕੇ ਮੈਂ ਅੜਾ ਦਿਆਂ ਧੂੜ ਦੇ ਬੱਦਲਾਂ ਨੂੰ। ਅੱਜ ਫਿਰ ਮੀਟਿੰਗ ਹੋ ਰਹੀ ਹੈ ਅਤੇ ਜੇ ਸਾਨੂੰ ਢਿੱਲ ਲੱਗੀ ਇਸ ਕੇ ਮਤਲਬ ਤਾਂ ਹੀ 16 ਤਰੀਕ ਨੂੰ ਆਪਣੇ ਸਾਥੀਆਂ ਸਮੇਤ ਉੱਥੇ ਗਿਆ ਘੋਲ ਦੇ ਵਿੱਚ ਅਤੇ ਘੋਲ 'ਚ ਹਮਾਇਤ ਕਰਕੇ ਮੈਂ ਬੋਲ ਕੇ ਵੀ ਆਇਆ ਸਟੇਜ ਤੋਂ। ਮੇਰੀ ਘੰਟਾ ਡੇਢ ਘੰਟਾ ਮੀਟਿੰਗ ਵੀ ਭਦੇਰ ਜੀ ਨਾਲ ਹੋਈ ਹੈ, ਅਸੀਂ ਬਹਿ ਕੇ ਉੱਥੇ ਮੀਟਿੰਗ ਵੀ ਕੀਤੀ, ਸਾਰੀਆਂ ਗੱਲਾਂ ਬਾਤਾਂ ਅਸੀਂ ਸਾਂਝੀਆਂ ਕੀਤੀਆਂ ਨੇ ਔਰ ਠੋਕ ਕੇ ਉਹਨਾਂ ਨੂੰ ਕਹਿ ਗਿਆ ਕਿ ਤੁਹਾਡੇ ਨਾਲ ਖਲੋਤਿਆਂ ਜਿੰਨਾ ਚਿਰ ਘੋਲ ਕਿਸੇ ਕੰਢੇ ਨਹੀਂ ਲੱਗਦਾ। ਐਸ ਕੇ ਐਮ ਨੂੰ ਵੀ ਬੇਨਤੀ ਕਰੂੰਗਾ ਕਿ ਸਾਰੇ ਇਕੱਠੇ ਹੋਵੋ, ਇਕੱਠੇ ਹੋ ਕੇ ਲੜਾਈ ਲੜੋ, ਪੰਜਾਬੀਆਂ ਦੀ ਲੜਾਈ ਹੈ, ਸਾਰੇ ਦੇਸ਼ ਦੀ ਲੜਾਈ ਹੈ, ਇਕੱਠੇ ਹੋਇਆਂ ਬਗੈਰ ਨਹੀਂ ਲੜੀ ਜਾਣੀ, ਨਹੀਂ ਜਿੱਤੀ ਜਾਣੀ। ਉਹਨਾਂ ਮਾਵਾਂ ਮਾਂ ਦਾ ਪੁੱਤ ਆ ਜੂਗਾ ਪਰਚੇ ਦਰਜ ਨਾਲ ਯਾਰ, ਭਾਵੇਂ 5 ਕਰੋੜ ਰੁਪਈਆ ਦੇ ਦੇਣ ਉਹਨਾਂ ਨੂੰ, ਉਹ ਜਿਹੜੀਆਂ ਭੈਣਾਂ ਉਹਦੀਆਂ ਵਿਲਕਦੀਆਂ ਪਈਆਂ ਨੇ, ਇਕੱਲਾ ਇਕੱਲਾ ਭਰਾ ਸੀ ਉਹਨਾਂ ਦਾ, ਉਹਨਾਂ ਨੂੰ ਭਰਾ ਮਿਲ ਜੂਗਾ ਭਾਵੇਂ 10 ਕਰੋੜ ਦੇ ਦਿਓ, ਨਹੀਂ ਆਉਣਾ। ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਾ ਜਿਹੜਾ ਪੁੱਛਣ ਦੇ ਲਈ ਪਹੁੰਚ ਰਹੇ ਨੇਗੇ ਬੂਟਾ ਸਿੰਘ ਸ਼ਾਦੀਪੁਰ, ਸਾਡਾ ਮੌਜੂਦ ਨੇਗੇ ਸ਼ਾਦੀਪੁਰ ਸਾਹਿਬ, ਮਿਲ ਕੇ ਆਏ ਹੋ ਡੱਲੇਵਾਲ ਸਾਹਿਬ ਨੂੰ, ਕੀ ਸਥਿਤੀ? ਵੈਸੇ ਹੁਣ ਉਹ ਠੀਕ ਨੇ, ਕੱਲ੍ਹ ਹਾਲਤ ਕੁਛ ਕਦੇ ਕਹੇ ਕਾਫੀ ਗੰਭੀਰ ਸੀਗੀ, ਦੱਸਦੇ ਆਪਾਂ ਵੀ ਅੱਜ ਹੁਣ ਉਹ ਠੀਕ ਨੇ, ਅੱਜ ਉਹ ਆਪਣੀ ਗੱਲਬਾਤ ਜਿਹੜੀ ਉਹ ਸਹੀ ਤਰੀਕੇ ਦੇ ਨਾਲ ਉਹ ਕਰ ਰਹੇ ਆ ਅਤੇ ਚਲੋ ਵਧੀਆ। ਵੈਸੇ ਡੱਲੇਵਾਲ ਸਾਹਿਬ ਹੋਰਾਂ ਨੇ ਜਿਹੜਾ ਮੋਰਚਾ ਲਾ ਲਿਆ ਠੀਕ ਹੈ, ਮਾੜਾ ਨਹੀਂ, ਪਰ ਕਾਰਨ ਇੱਕ ਬਣਿਆ ਕਿ ਜਿਹੜੇ ਸਾਰੇ ਅਸੀਂ ਇਕੱਠੇ ਨਹੀਂ ਹੋਏ ਉੱਥੇ ਨੁਕਸਾਨ ਹੋ ਗਿਆ ਸਾਡਾ। ਮੇਰੀ ਪੂਰੀ ਕੋਸ਼ਿਸ਼ ਸੀ ਕਿ ਸਾਰਿਆਂ ਨੂੰ ਇਕੱਠਿਆਂ ਨੂੰ ਸੱਦਾ ਦੇ ਕੇ ਸਾਰਿਆਂ ਨੂੰ ਕਿਤੇ ਇੱਕ ਲੜਾਈ ਲੜੀ ਜਾਂਦੀ ਤਾਂ ਅੱਜ ਸ਼ਾਇਦ ਕੁਛ ਪੋਜੀਸ਼ਨ ਹੋਰ ਹੁੰਦੀ, ਸਾਨੂੰ ਰੋਕ ਨਾ ਪਾਉਂਦੇ। ਮੈਂ ਰਾਤੀ ਇੱਕ ਚੈਨਲ 'ਤੇ ਮੈਂ ਵੀ ਸੀ, ਕੁਦਰਤੀ ਸਾਡੇ ਨੈੱਟ ਦੀ ਪ੍ਰੋਬਲਮ ਹੋਣ ਕਰਕੇ ਅਤੇ ਉਹ ਚੱਲਦਾ ਨਹੀਂ ਸੀ ਅਤੇ ਉਹਦੇ 'ਚ ਇਹ ਪੱਤਰਕਾਰ ਸਵਾਲ ਕਰ ਰਿਹਾ ਸੀ ਵੀ ਕੀ ਐਤਕਾਂ ਕਮਜ਼ੋਰੀ ਰਹਿ ਗਈ, ਤੁਸੀਂ ਇਕੱਠੇ ਨਹੀਂ, ਸਾਰੇ ਸਿਰ ਨਹੀਂ ਜੋੜਿਆ ਸਾਰਿਆਂ ਨੇ ਅਤੇ ਤਾਂ ਕਰਕੇ ਬਾਰਡਰ ਨਹੀਂ ਟੁੱਟੇ। ਮੈਨੂੰ ਮਹਿਸੂਸ ਹੋ ਰਿਹਾ ਸੀ ਉੱਥੇ ਰਹਿ ਗਈ, ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਸਾਡੀ ਇਹ ਕਮਜ਼ੋਰੀ ਰਹੀ ਹੈ, ਜੇ ਇੱਕ ਮੰਚ 'ਤੇ ਹੁੰਦੇ ਜਿਵੇਂ 2020 ਦੇ ਵਿੱਚ 26 ਨਵੰਬਰ 2020 ਨੂੰ ਬਾਰਡਰ ਖਲੋਤੇ ਨਹੀਂ ਸੀ, ਅੱਗੇ ਤੋੜ ਕੇ ਲੰਘ ਜਾਣ ਵੇਖ ਕੇ ਮੈਂ ਅੜਾ ਦਿਆਂ ਧੂੜ ਦੇ ਬੱਦਲਾਂ ਨੂੰ ਅਤੇ ਪਾਰ ਗਏ ਸਨ ਅਤੇ ਦਿੱਲੀ ਜਾ ਵੜੇ ਸਾਂ ਆਪਾਂ। ਹੁਣ ਕਿਹੜਾ ਸਮਾਂ ਲੱਗ ਗਿਆ, ਹੁਣ ਹੁਣ ਇਕੱਠੇ ਹੋ ਜਾਓ ਹੁਣ ਤਾਂ ਅਸੀਂ ਉਦਣ ਦੇ ਨਾਲ ਆ। ਮੈਂ 13 ਤਰੀਕ ਨੂੰ ਹੀ ਅਸੀਂ ਅੰਦੋਲਨ ਜਦੋਂ ਸ਼ੁਰੂ ਹੋਇਆ ਅਸੀਂ ਹਾਈਵੇ ਰਾਜਪੁਰੇ ਲੰਗਰ ਲਾਤਾ ਅਤੇ 14 ਦੀ ਮੀਟਿੰਗ ਸੀ, 14 ਦੀ ਮੀਟਿੰਗ 'ਚ ਮੈਂ ਆਪਣਾ ਪੱਖ ਰੱਖਤਾ ਜਾ ਕੇ ਵੀ ਸਾਡੇ ਨਾਲ ਲੱਗਦਾ ਇਹ ਘੋਲ ਚੱਲ ਰਿਹਾ, ਸਾਡੀ ਮਜਬੂਰੀ ਹੈ, ਅਸੀਂ ਨਾਲ ਚੱਲਾਂਗੇ। ਤੁਹਾਨੂੰ ਸਾਰਿਆਂ ਨੂੰ ਮੈਂ ਅਪੀਲ ਕਰਦਾ ਕਿ ਆਪਾਂ ਇਸ ਘੋਲ ਦੀ ਹਮਾਇਤ ਕਰੀਏ, ਡਟ ਕੇ ਕਰੀਏ। ਐਸ ਕੇ ਐਮ ਹੁਣ ਕੀ ਸੋਚ ਰਿਹਾ, ਹੁਣ ਕਿਸ ਦਾ ਇੰਤਜ਼ਾਰ ਕਰ? ਨਾਲ ਨਹੀਂ, ਮੈਂ ਗੱਲਾਂ ਬਾਤਾਂ ਨਾਲ ਨਹੀਂ, ਖੜਨਾ ਪਊਗਾ ਜਾ ਕੇ। ਐਸ ਕੇ ਐਮ ਹੁਣ ਕਿਸ ਚੀਜ਼ ਦਾ ਇੰਤਜ਼ਾਰ ਕਰ? ਐਸ ਕੇ ਐਮ ਦੀ ਅੱਜ ਫਿਰ ਮੀਟਿੰਗ ਹੋ ਰਹੀ ਹੈ ਅਤੇ ਜੇ ਸਾਨੂੰ ਢਿੱਲ ਲੱਗੀ ਐਸ ਕੇ ਐਮ ਵੱਲੋਂ ਤਾਂ ਹੀ 16 ਤਰੀਕ ਨੂੰ ਆਪਣੇ ਸਾਥੀਆਂ ਸਮੇਤ ਉੱਥੇ ਗਿਆ ਘੋਲ ਦੇ ਵਿੱਚ ਅਤੇ ਘੋਲ 'ਚ ਹਮਾਇਤ ਕਰਕੇ ਮੈਂ ਬੋਲ ਕੇ ਵੀ ਆਇਆ ਸਟੇਜ ਤੋਂ। ਮੇਰੀ ਘੰਟਾ ਡੇਢ ਘੰਟਾ ਮੀਟਿੰਗ ਵੀ ਭਦੇਰ ਜੀ ਨਾਲ ਹੋਈ ਹੈ, ਅਸੀਂ ਬਹਿ ਕੇ ਉੱਥੇ ਮੀਟਿੰਗ ਵੀ ਕੀਤੀ, ਸਾਰੀਆਂ ਗੱਲਾਂ ਬਾਤਾਂ ਅਸੀਂ ਸਾਂਝੀਆਂ ਕੀਤੀਆਂ ਨੇ ਔਰ ਠੋਕ ਕੇ ਉਹਨਾਂ ਨੂੰ ਕਹਿ ਗਿਆ ਕਿ ਤੁਹਾਡੇ ਨਾਲ ਖਲੋਤਿਆਂ ਜਿੰਨਾ ਚਿਰ ਘੋਲ ਕਿਸੇ ਕੰਢੇ ਨਹੀਂ ਲੱਗਦਾ ਅਤੇ ਤੁਹਾਡੇ ਚੈਨਲ ਦੇ ਜ਼ਰੀਏ ਮੈਂ ਅੱਜ ਫਿਰ ਦੁਬਾਰੇ ਐਸ ਕੇ ਐਮ ਨੂੰ ਵੀ ਬੇਨਤੀ ਕਰੂੰਗਾ ਕਿ ਸਾਰੇ ਇਕੱਠੇ ਹੋਵੋ, ਇਕੱਠੇ ਹੋ ਕੇ ਲੜਾਈ ਲੜੋ, ਪੰਜਾਬੀਆਂ ਦੀ ਲੜਾਈ ਹੈ, ਸਾਰੇ ਦੇਸ਼ ਦੀ ਲੜਾਈ ਹੈ, ਇਕੱਠੇ ਹੋਇਆਂ ਬਗੈਰ ਨਹੀਂ ਲੜੀ ਜਾਣੀ, ਨਹੀਂ ਜਿੱਤੀ ਜਾਣੀ। ਇੱਕ ਮੰਚ 'ਤੇ ਇਕੱਠੇ ਹੋ ਕੇ ਅਲਾਂਭਾ ਨਾ ਖਟੀਏ, ਹਫ਼ਤਾ 10 ਦਿਨ ਦੀ ਗੱਲ ਰਹਿ ਗਈ ਹੈ ਸਾਰੀ, ਜਿੱਦਣ ਕੋਡ ਆਫ ਕੰਟੈਕਟ ਹੋ ਗਿਆ ਉਸ ਤੋਂ ਬਾਅਦ ਅਸੀਂ ਗੱਲ ਕਰ ਹੀ ਨਹੀਂ ਸਕਣੀ ਕਿਸੇ ਨਾਲ, ਉਹਨਾਂ ਨੇ ਕਹਿਣਾ ਜੀ ਸਾਡੇ ਤਾਂ ਅੰਬਾ ਹੱਥੋਂ ਨਿਕਲ ਗਿਆ ਸਾਰਾ ਕੁਛ, ਅਸੀਂ ਕੀ ਕਰੀਏ, ਠੀਕ ਹੈ ਨਾ। ਇਸ ਕਰਕੇ ਮੇਰੀ ਅਪੀਲ ਹੈ ਸਾਰਿਆਂ ਨੂੰ ਵੀ ਤਗੜੇ ਹੋਵੋ, ਇੱਕ ਮੰਚ 'ਤੇ ਇਕੱਠੇ ਹੋਈਏ, ਇੱਕ ਮੰਚ 'ਤੇ ਇਕੱਠੇ ਹੋ ਕੇ ਕਿਸੇ ਨੂੰ ਐਂ ਨਾ ਮਹਿਸੂਸ ਹੋਵੇ ਕਿ ਆਪਸ 'ਚ ਨਿਖੜੇ ਹੋਏ ਨੇ, ਇੱਕ ਮੰਚ 'ਤੇ ਇਕੱਠੇ ਹੋ ਕੇ ਲੜਾਈ ਕੇਂਦਰ ਨਾਲ, ਹਰਿਆਣਾ ਸਰਕਾਰ ਨਾਲ ਜਿਹਦੇ ਨਾਲ ਵੀ ਸਾਡੀ ਲੜਾਈ ਹੈ, ਕੇਂਦਰ ਸਰਕਾਰ 'ਤੇ ਸਾਡਾ ਇੰਨਾ ਦਬਾਅ ਬਣ ਜਾਵੇ ਕਿ ਇਹ ਸਾਰੇ ਇਕੱਠੇ ਹੋ ਕੇ ਇਹਨਾਂ ਨੂੰ ਸਾਨੂੰ ਬਖਸ਼ਣਗੇ ਨਹੀਂ, ਜਾਂ ਤਖਤਾ ਪਲਟਣਗੇ, ਜਾਂ ਇਹਨਾਂ ਦੀਆਂ ਮੰਗਾਂ ਮੰਨਣੀਆਂ ਪੈਣਗੀਆਂ। ਅਗਰ ਜੇਕਰ ਸਰਕਾਰ ਇਸ ਗੱਲ 'ਤੇ ਆ ਜਾਵੇ
ਤੇ ਸਾਡੇ ਵਿੱਚ ਖੁਸ਼ੀ ਦੀ ਲਹਿਰ ਸਾਡੇ ਪੰਜਾਬੀਆਂ 'ਚ ਸਾਡੇ ਹਿੰਦੁਸਤਾਨ 'ਚ ਹੋਊਗੀ ਜੇ ਅਸੀਂ ਅਲੱਗ ਅਲੱਗ ਰਹੇ ਤੇ ਲੋਕਾਂ ਦੇ ਮਨਾਂ ਵਿੱਚ ਸਾਡੇ ਪ੍ਰਤੀ ਜਿਹੜਾ ਰੋਸ ਆ ਇਹ ਜ਼ਰੂਰ ਹੋਵੇ। ਸਤਿਗੁਰ ਸਾਹਿਬ ਹੁਣ ਸਥਿਤੀ ਕੀ ਹੈਗੀ ਹੈ, ਕਿਵੇਂ ਲੱਗ ਰਿਹਾ, ਕਿਉਂਕਿ ਡੱਲੇਵਾਲ ਸਾਹਿਬ ਨਾਲ ਗੱਲਬਾਤ ਹੋਈ ਹੈ ਕਿਉਂਕਿ ਨੌਜਵਾਨ ਦਾ ਹਾਲੇ ਤੱਕ ਪੋਸਟਮਾਰਟਮ ਨਹੀਂ ਕਰਾਇਆ ਜਾ ਰਿਹਾ, ਮੁੱਖ ਮੰਤਰੀ ਪੰਜਾਬ ਨੇ ਤੇ ਇਹ ਵਾਅਦਾ ਵੀ ਕਰਤਾ ਕਿ ਅਸੀਂ ਮੁਆਵਜ਼ਾ ਵੀ ਦੇਵਾਂਗੇ, ਆਰਥਿਕ ਪੱਖੋਂ ਵੀ ਖੜਾਂਗੇ ਔਰ ਪਰਚਾ ਵੀ ਦਰਜ ਕਰਾਂਗੇ। ਇੱਕ ਸਰਕਾਰ ਨੂੰ ਹੋਰ ਵੀ ਕੰਮ ਕਰਨਾ ਚਾਹੀਦਾ, ਉਹ ਸਾਡੇ ਪੰਜਾਬ ਦੇ ਅੰਦਰ ਆ ਕੇ ਸਾਨੂੰ ਮਾਰੀ ਜਾਂਦੇ ਨੇ ਯਾਰ, ਕਮਾਲ ਦੀ ਗੱਲ ਹੈ। ਸਰਕਾਰ ਨੂੰ ਕਰਨਾ ਨਹੀਂ ਚਾਹੀਦਾ, ਸਰਕਾਰ ਨੂੰ ਨਾ ਆਖੇ ਪਿਛਾ ਚਲੋ ਆਪਣੇ ਏਰੀਏ ਦੇ ਵਿੱਚ, ਜੇ ਕੋਈ ਸਾਡਾ ਕਿਸਾਨ ਆਗੂ ਅੱਗੇ ਆਉਂਦਾ ਹੈ ਤੁਹਾਡੇ ਏਰੀਏ 'ਚ ਆਉਂਦਾ ਹੈ ਸ਼ਰਾਰਤ ਕਰਦਾ ਹੈ, ਤੁਸੀਂ ਜੋ ਕਰਨਾ ਚਾਹੁੰਦੇ ਹੋ ਕਰ ਲਵੋ, ਪਰ ਸਾਡੇ ਘਰ ਵਿੱਚ ਆ ਕੇ ਨਾ ਸਾਨੂੰ ਮਾਰੋ। ਇਹ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਬਣਦੀ, ਇਹ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਆਪਣੇ ਇਲਾਕੇ ਦੇ ਵਿੱਚੋਂ ਉਹਨਾਂ ਨੂੰ ਪਿਛਾ ਕਰਨ ਨੂੰ ਆਖੋ ਵੀ ਪਿੱਛੇ ਚੱਲੋ, ਸਾਡੇ ਇਲਾਕੇ ਵਿੱਚ ਤੁਸੀਂ ਇਹੋ ਜਿਹੀ ਹਰਕਤ ਨਹੀਂ ਕਰ ਸਕਦੇ, ਪਿਛਾ ਜੋ ਕਰਦੇ ਹੋ, ਜੇ ਕੋਈ ਸਾਡਾ ਆਗੂ ਜਾਊਗਾ ਉੱਧਰ ਨੂੰ, ਸਾਡਾ ਕਿਸਾਨ ਜਾਊਗਾ, ਮਜ਼ਦੂਰ ਜਾਊਗਾ, ਉੱਥੇ ਜੋ ਤੁਹਾਡਾ ਦਿਲ ਕਰਦਾ ਕਰ ਲਓ, ਲੇਕਿਨ ਸਾਡੇ ਘਰ ਵਿੱਚ ਆ ਕੇ ਤੁਹਾਨੂੰ ਅਸੀਂ ਨਹੀਂ ਮਾਰਨ ਦੇ। ਕਹਿੰਦੇ ਪਰਚਾ ਦਰਜ ਕਰ ਦਾਂਗੇ ਅਸੀਂ ਮੁੱਖ, ਯਾਰ ਪਰਚੇ ਦਰਜ ਹੁੰਦੇ ਨੇ ਉਹਨਾਂ ਮਾਂ ਦਾ ਪੁੱਤ ਆਜੂਗਾ ਪਰਚੇ ਦਰਜ ਨਾਲ, ਯਾਰ ਭਾਵੇਂ 5 ਕਰੋੜ ਰੁਪਈਆ ਦੇ ਦੇਣ ਉਹਨਾਂ ਨੂੰ, ਉਹ ਜਿਹੜੀਆਂ ਭੈਣਾਂ ਉਹਦੀਆਂ ਵਿਲਕਦੀਆਂ ਪਈਆਂ ਨੇ, ਇਕੱਲਾ ਇਕੱਲਾ ਭਰਾ ਸੀ ਉਹਨਾਂ ਦਾ, ਉਹਨਾਂ ਨੂੰ ਭਰਾ ਮਿਲ ਜੂਗਾ ਭਾਵੇਂ 10 ਕਰੋੜ ਦੇ ਦਿਓ, ਨਹੀਂ ਆਉਣਾ ਉਹ ਯਾਰ, ਐਂ ਗੱਲਾਂ ਨੇ ਗੱਲਾਂ ਕਰਨੇ ਸਿਖਾ ਲਈਆਂ, ਜੇਕਰ ਹੁਣ ਪਰਾਈਆਂ ਇਹ ਗੱਲਾਂ ਗੁੱਲਾਂ ਨਾਲ ਨਹੀਂ ਵੱਲ ਬਣਦੀ। ਇਹ ਪਹਿਲੇ ਦਿਨ ਇਹਨਾਂ ਨੂੰ ਸੋਚ ਕੇ ਵੈਸੇ ਫੈਸਲਾ ਕਰ ਲੈਣਾ ਚਾਹੀਦਾ ਸੀ ਕਿ ਸਾਡੇ ਏਰੀਏ 'ਚੋਂ ਬਾਹਰ ਨਿਕਲੋ, ਪਿੱਛੇ ਰਹੋ, ਜਿਵੇਂ ਹੁਣ ਪਤਾ ਲੱਗ ਰਿਹਾ ਵੀ ਆਪਣੇ ਪੰਜਾਬ ਦੇ ਅੰਦਰ ਆ ਕੇ ਗੋਲੇ ਗੇਰਦੇ ਨੇ, ਉਹ ਗੋਲੀਆਂ ਚਲਾਉਂਦੇ ਨੇ, ਅਥਰੂ ਗੈਸ ਛੱਡਦੇ ਨੇ, ਯਾਰ ਅਸੀਂ ਸੁੱਤੇ ਪਏ ਹਾਂ, ਤਗੜਿਆਂ ਹੋ ਕੇ ਸਾਨੂੰ ਉਹਨਾਂ ਨੂੰ ਕਹਿਣਾ ਚਾਹੀਦਾ ਵੀ ਆਪਣੇ ਏਰੀਏ ਚੱਲੋ ਜੇ ਕੋਈ ਸਾਡਾ ਉੱਧਰ ਆਉਂਦਾ। ਐਸਕੇਐਮ ਕੀ ਕਰ ਰਿਹਾ ਅੱਜ, ਐਸਕੇਐਮ ਲੈ ਰਿਹਾ? ਮੈਨੂੰ ਗੁਰੂ ਦੇ ਘਰ 'ਚੋਂ ਪੂਰੀ ਉਮੀਦ ਹੈ ਕਿ ਅੱਜ ਐਸਕੇਐਮ ਹੈ ਜਿਹੜਾ ਉਹ ਫੈਸਲਾ ਪੰਜਾਬੀਆਂ ਦੇ ਦੇਸ਼ ਦੇ ਹੱਕ ਵਿੱਚ ਕਰੂਗਾ, ਇਹ ਉਮੀਦ ਲੈ ਕੇ ਚੱਲਿਆ ਪਰਮਾਤਮਾ ਦੇ ਘਰ ਵਿੱਚੋਂ, ਮੈਂ ਤਾਂ ਹੀ ਮੀਟਿੰਗ 'ਚ ਜਾ ਰਿਹਾ। ਬੂਟਾ ਸਿੰਘ ਸ਼ਾਦੀਪੁਰ ਕਹਿੰਦੇ ਉਮੀਦ ਲੈ ਕੇ ਚੱਲਿਆ ਕਿ ਐਸਕੇਐਮ ਵੀ ਜਿਹੜਾ ਉਹ ਨਾਲ ਜਲਦੀ ਆਉਣ ਜਾ ਰਿਹਾ, ਔਰ ਖਾਸ ਤੌਰ 'ਤੇ ਕਹਿੰਦੇ ਮੈਂ ਪਰਸਨਲ ਤੌਰ 'ਤੇ ਅਪੀਲ ਕੀਤੀ ਕਿ ਹੁਣ ਛੱਡ ਦਿਓ ਖੇੜਾ, ਹੁਣ ਆ ਜਾਓ, ਹੁਣ ਇਕੱਠੇ ਹੋ ਜਾਓ, ਸਿਰ ਨਾਲ ਸਿਰ ਮਿਲਾ ਲਓ ਅਤੇ ਇਸ ਜੰਗ ਨੂੰ ਇਕੱਠੇ ਲੜਿਆ ਜਾਵੇ। ਖਾਸ ਤੌਰ 'ਤੇ ਹੁਣ ਇੰਤਜ਼ਾਰ ਰਹੇਗਾ ਕਿ ਐਸਕੇਐਮ ਇਸ ਨੂੰ ਲੈ ਕੇ ਫੈਸਲਾ ਕੀ ਲੈਂਦਾ ਹੈ। ਕੈਮਰਾ ਪਰਸਨ ਰਵੀ ਜੱਬਲ ਦੇ ਨਾਲ ਦਮਨਪ੍ਰੀਤ ਸਿੰਘ, PTC ਨਿਊਜ਼, ਪਟਿਆਲਾ।